ਸਾਜ ਜੀ ਇੱਕ ਨਟ ਲਾ ਲਈਏ। ਹਾਂਜੀ ਜੀ, ਤਾਂ ਕਿ ਹਿੱਲੇ ਨਾ ਨਾ। ਸਰ ਜੀ ਦੇਖੋ ਨਾ, ਐਡੇ ਵੱਡੇ ਨਟ ਨੂੰ ਲਾਉਣ ਵਾਸਤੇ ਮੋਟਰ ਤਾਂ ਚਾਹੀਦੀ ਹੁੰਦੀ। ਤਾਂ ਹੀ ਦੇਖ ਲਾਉਣ ਲੱਗਿਆ ਸਰ ਜੀ, ਬਾਕੀ ਜਦੋਂ ਪੁੱਤਰ ਸੋਲਾਨੇ ਹੋਣਗੇ ਨਾ। ये जी इन्फ्यूजन पंप है जिसके के कुछ चीज़ें प्रिंट उड़ गए थे और यहाँ पे कैपेसिटर एक जो है वो ब्रस्ट हो चुका था, तो हमने सोचा कि उसकी जगह पे अल्ट्रेशन की जाए। और अल्ट्रेशन के बाद, अल्ट्रेशन मीन कस्टमाइजेशन, यानी कि जो चीज़ थी वो तो एक्चुअल में नहीं थी हमारे पास में, ना ही मिल सकती थी इतनी ईजीली, तो हमने उसका जुगाड़ जैसे कि डॉक्टर साहब इन्वेशन कहते हैं, वो नीचे वाली भी एक जो है ना उसको भी थोड़ा सा कर लीजिएगा। तो इसको अमेरिकन लैंग्वेज में बकोल एक हमारे जो यहाँ पे डॉक्टर साहब हैं बड़े ही सीनियर और बड़े जीनियस, उनके बकोल, नहीं नहीं इसे जो है अंग्रेज लोग बोलते हैं इनोवेशन, ठीक है जी। ये थोड़ा सा लूज लग रहा है लेकिन मुझे उम्मीद है कि ये सही चीज़ होगी। तो ये इंशाल्लाह अल्लाह ताला ने चाहा तो ये इन्फ्यूजन पंप जो है वर्किंग कंडीशन में होगा अभी थोड़ी देर के बाद, जो कि इसकी बैटरी जो है वो एक्सपायर हो चुकी है। डेड को मैं एक्सपायर कह रहा हूँ लेकिन डेड कहा जाए तो वो लफ्ज़ ज़्यादा बेहतर है, जो कि महज़्ज़ब लैंग्वेज ਲਾਉਂਦੀ ਤਾਂ ਲੋੜ ਹੀ ਨਹੀਂ ਨਾ। ਹੈ ਕਾਹਦਾ ਵੈਸੇ? ਉਹ ਬਾਹਰਲੇ ਬੰਨੇ ਕੋਈ ਬਾਹਰੋਂ ਦੀ, ਠੀਕ ਹੈ। ਹਾਂ ਉਹ ਤਾਂ ਹੋਣਾ, ਉਹ ਡਿਸਪਲੇ ਲੈਣਾ ਹੋਇਆ ਨਾ ਮੋਨੀਟਰ 'ਤੇ, ਉਹਦਾ ਵੱਡੇ ਮੋਨੀਟਰ ਦੇ ਨਾਲ ਨਾਲ ਡਿਸਪਲੇ ਲੈਣਾ ਹੋਇਆ, ਵੀ ਇੰਨਾ ਫਿਊਜ਼ ਚੱਲ ਰਿਹਾ। ਚਲੋ ਖੈਰ ਲਾਈਏ। ਹਾਂ ਇਹਦੇ ਉੱਤੇ ਇੰਜ ਰੱਖ ਲਈਏ। ਹਾਂਜੀ, ਲੇਕਿਨ ਇੰਜ ਅਗਰ ਅਸੀਂ ਰੱਖ ਦਾਂਗੇ ਤਾਂ ਫਿਰ ਸਾਨੂੰ ਪਤਾ ਕਿਵੇਂ ਲੱਗੇਗਾ ਵੀ ਕਿਹੜੀ ਚੀਜ਼ ਕਿਵੇਂ ਹੋ ਰਹੀ ਹੈ। ਖੁਦਾ ਨਾ ਖਾਸਤਾ ਅਗਰ ਸੋਚ 1% ਵੀ ਚਾਂਸ ਹੁੰਦਾ ਕੋਈ ਚੀਜ਼ ਨਾਲ ਚੋਡੇਗੀ, ਠੀਕ ਹੈ। ਹਾਂ ਪਹਿਲੇ ਔਨ ਕਰ ਦੀ ਬੈਟਰੀ ਕਨੈਕਟ ਕਰ ਦਿੱਤੀ ਸੀ। ਹਾਂ ਇੰਜ ਰੱਖੋ ਨਾ, ਸਕਰੀਨ ਦਾ ਵੀ ਪਤਾ ਲੱਗੇ ਨਾ। ਟੇਕ ਤੋਂ ਉਹਨਾਂ ਦੀ ਥੱਲੇ ਟੇਕ ਆ ਗਈ। ਚਲੋ ਹਾਂਜੀ, ਅੱਲਾ ਦਾ ਨਾਮ ਲੈ ਕੇ ਇਹ ਹਮਨੇ ਕੋ ਸਾਹਮਣੇ ਜੋ ਕੈਪੈਸਿਟਰ ਲਗਾਇਆ ਵੋ ਹੈ ਔਰ ਵੋ ਪ੍ਰਿੰਟ ਜੋ ਬਰਨ ਹੋਏ ਹੋਏ ਥੇ ਵੋ ਹੈ। ਨੋ ਡਿਸਪਲੇ, ਚਲੋ ਚੱਲਦੇ ਹਾਂ। ਐਰਰ 8 ਹਾਰਡਵੇਅਰ, ਆ ਬਟਨ ਵੀ ਡਾਊਨ ਆਫ ਨਾ। ਤੂੰ ਆ ਜਿਵੇਂ ਨਹੀਂ ਨਿਕਲੇ ਕੋਈ, ਨਹੀਂ ਕਿਤੇ ਨਹੀਂ। ਬੈਟਰੀ ਦੇ ਦੇਣੀ ਅਸੀਂ ਵੀ, ਨਹੀਂ ਉਹਦਾ ਤੁੱਕ ਨਹੀਂ ਆਇਆ। ਹਾਂ ਇਹ ਵੀ ਚੀਜ਼ ਹੈ ਜੋ ਤੱਕ ਰੱਖੀਏ ਨਾ ਨਾ, ਉਹ ਵੀ ਐਰਰ ਉਸ ਵਿੱਚ ਆਉਂਦਾ, ਸਹੀ ਨਹੀਂ ਬੈਠਾ ਪਹਿਲੇ ਠੀਕ ਸੀ।
ਬੈਠਾ ਵਾ ਹੋਰ ਕਿੰਨਾ ਕੁ ਬਣਾਉਣਾ ਜੇ ਇੱਥੇ ਤੱਕ ਨਹੀਂ ਜਾਣਾ ਨਹੀਂ ਆਹ ਦੇਖੋ ਠੀਕ ਹੈ ਸਹੀ ਹਾਂ ਹਾਂ ਬਿਲਕੁਲ ਸਹੀ ਬੈਠ ਗਿਆ ਫੋਟੋ ਵੈਸੇ ਕੀ ਹੈ ਰੈਂਡ